ਸਤਿਕਾਰਯੋਗ ਇਸ ਧਰਨੇ 'ਚ ਬੈਠੀਆਂ ਮੇਰੀਆਂ ਭੈਣਾਂ ਅਤੇ ਮੇਰੇ ਭਰਾਓ, ਫਤਿਹ ਸਾਂਝੀ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਵੇਖੋ, ਅੱਜ ਆਪਾਂ ਜਿਸ ਕੰਮ ਇੱਥੇ ਬੈਠੇ ਹਾਂ, ਇਹ ਕੰਮ ਦਰਅਸਲ ਸਾਡਾ ਨਹੀਂ ਗਾ, ਇਹ ਕੰਮ ਪੰਜਾਬ ਸਰਕਾਰ ਦਾ ਆ, ਇਹ ਕੰਮ ਉਹਨਾਂ ਸਿਆਸੀ ਪਾਰਟੀਆਂ ਦਾ ਆ ਜਿਹੜੇ ਸਾਡੇ ਅੱਗੇ ਆ ਕੇ ਹੱਥ ਵੱਢਦੇ ਆ, ਔਰ ਜਿਨ੍ਹਾਂ ਸਹੁੰ ਖਾਧੀ ਆ ਵੀ ਅਸੀਂ ਇਹਨਾਂ ਦੀ, ਲੋਕਾਂ ਦੀ ਜਾਨ ਮਾਲ ਦੀ ਰੱਖਿਆ ਕਰਾਂਗੇ। ਲੇਕਿਨ ਕੀ ਗੱਲ ਹੋ ਗਈ, ਅੱਜ ਕਿਉਂ ਭੁੱਲ ਗਏ ਆ, ਅਤੇ ਕਿਉਂ ਉਹਨਾਂ ਦੀਆਂ ਜ਼ਿੰਮੇਵਾਰੀਆਂ, ਕਿਉਂ ਉਹਨਾਂ ਦੇ ਕੰਮ ਅੱਜ ਸਾਨੂੰ ਕਰਨੇ ਪੈ ਰਹੇ ਆ? ਇਹ ਜਿਹੜਾ ਦੀਪ ਮਲਹੋਤਰਾ ਆ, ਇਹ ਛੋਟੀ ਜਿਹੀ ਹਸਤੀ ਨਹੀਂ ਗੀ, ਇਹਦਾ ਇਕੱਲੇ ਪੰਜਾਬ 'ਚ ਨਹੀਂ, ਕਹਿੰਦੀਆਂ ਪੰਜਾਬ ਤੋਂ ਬਾਹਰ ਵੀ ਫੈਕਟਰੀਆਂ ਨੇ, ਔਰ ਜੋ ਕੁਛ ਦਿੱਲੀ ਦੇ ਵਿੱਚ ਕੇਜਰੀਵਾਲ ਸਰਕਾਰ ਦੀ ਜਿਹੜੀ ਲਿਕਰ ਪਾਲਿਸੀ ਆ, ਜਿਹੜੀ ਉਹਦੀ ਸ਼ਰਾਬ ਦੀ ਉੱਥੇ ਪਾਲਿਸੀ ਚੱਲ ਰਹੀ ਆ, ਉਹਦਾ ਮੇਨ ਇਹ ਬੰਦਾ ਇਹ ਆ, ਉਹਨੂੰ ਚਲਾਉਣ ਵਾਲਾ ਇਹ ਆ, ਔਰ ਉਹਦੇ ਲਈ ਪੈਸੇ ਇਕੱਠੇ ਕਰਕੇ, ਕਿਵੇਂ ਪੈਸੇ ਇਕੱਠੇ ਕਰਕੇ ਆਮ ਆਦਮੀ ਪਾਰਟੀ ਨੂੰ ਦੇਣੇ ਆ, ਉਹਦਾ ਜ਼ਿੰਮੇਵਾਰ ਇਹ ਆ। ਐਵੇਂ ਨਹੀਂ ਹੈ ਪੰਜਾਬ ਸਰਕਾਰ, ਭਗਵੰਤ ਮਾਨ ਦੀ ਸਰਕਾਰ ਇਸ ਬੰਦੇ ਨੂੰ ਬਚਾ ਕੇ ਸਾਰੇ ਪੰਜਾਬ ਦੇ ਲੋਕਾਂ ਨਾਲ, ਸਾਰੇ ਪੰਜਾਬ ਦੀ ਜਿਹੜੇ ਜਿੰਨੇ ਉਹਦੇ ਵੋਟਰ ਆ ਉਹਨਾਂ ਸਾਰਿਆਂ ਨਾਲ ਜਿਹੜਾ ਵਿਰੋਧ ਮੁੱਲ ਲੈ ਰਹੇ ਆ। ਔਰ ਇੱਥੇ ਜਿਹੜਾ ਪੰਜਾਬ ਪ੍ਰਦੂਸ਼ਣ ਬੋਰਡ ਦੀ ਮੇਰਾ ਇੱਕ ਵੀਰ ਗੱਲ ਕਰ ਰਿਹਾ ਸੀ, ਕਹਿੰਦਾ ਜੀ ਸਭ ਤੋਂ ਵੱਡੀ ਜ਼ਿੰਮੇਵਾਰ ਉਹ ਆ। ਪਹਿਲੀ ਗੱਲ ਤਾਂ ਜਿਹੜਾ ਪ੍ਰਦੂਸ਼ਣ ਕੰਟਰੋਲ ਬੋਰਡ ਆ, ਉਹ ਪ੍ਰਦੂਸ਼ਣ ਕੰਟਰੋਲ ਬੋਰਡ ਨਹੀਂ ਗਾ, ਉਹ ਪ੍ਰਦੂਸ਼ਣ ਫੈਲਾਓ ਬੋਰਡ ਆ, ਕਿਉਂਕਿ ਅਜੇ ਤੱਕ ਇਸ ਬੋਰਡ ਨੇ ਔਨ ਰਿਕਾਰਡ ਆ ਵੀ ਕਿਸੇ ਵੀ ਫੈਕਟਰੀ ਦੇ ਖਿਲਾਫ ਇਹਨੇ ਕੋਈ ਸਹੀ ਰਿਪੋਰਟ ਨਹੀਂ ਦਿੱਤੀ ਵੀ ਇਹ ਫੈਕਟਰੀ ਇੱਥੇ ਪ੍ਰਦੂਸ਼ਣ ਫੈਲਾ ਰਹੀ ਆ। ਜਦੋਂ ਕਿ ਅਸਲੀਅਤ ਆ ਵੀ ਜਿੰਨੀਆਂ ਫੈਕਟਰੀਆਂ ਇੱਥੇ, ਮੇਰੇ ਸਾਥੀ ਪਹਿਲਾਂ ਬੋਲ ਕੇ ਦੱਸ ਕੇ ਗਏ ਆ ਵੀ ਕੋਈ ਵੀ ਇਹੋ ਜਿਹੀ ਫੈਕਟਰੀ ਨਹੀਂ ਗੀ ਜਿਹੜੇ ਪ੍ਰਦੂਸ਼ਣ ਤੋਂ ਰੋਕਣ ਲਈ ਜਿੰਨੇ ਨੋਰਮ ਬਣੇ ਆ ਉਹਦੇ 'ਤੇ ਉਹ ਲਾਗੂ ਕਰਦੇ ਹੋਵੇ, ਉਹਨੂੰ ਠੀਕ ਠਾਕ ਚਲਾਉਂਦੀ ਹੋਵੇ। ਔਰ ਦੂਸਰਾ ਗੱਲ ਆ ਵੀ ਅਸੀਂ ਇਹ ਨਹੀਂ, ਅਸੀਂ ਫੈਕਟਰੀਆਂ ਦੇ ਖਿਲਾਫ਼ ਨਹੀਂ ਗਏ, ਅਸੀਂ ਵਿਕਾਸ ਦੇ ਖਿਲਾਫ਼ ਨਹੀਂ ਗਏ, ਅਸੀਂ ਚਾਹੁੰਦੇ ਹਾਂ ਫੈਕਟਰੀਆਂ ਲੱਗਣ, ਅਸੀਂ ਚਾਹੁੰਦੇ ਹਾਂ ਵਿਕਾਸ ਹੋਵੇ, ਲੇਕਿਨ ਫੈਕਟਰੀਆਂ ਕਿਹੜੀਆਂ ਲੱਗਣ? ਫੈਕਟਰੀਆਂ ਸਾਡੀਆਂ ਸਬਜ਼ੀ, ਸਾਡੇ ਫਲ ਆ, ਉਹਨਾਂ ਨੂੰ ਪ੍ਰੋਸੈਸ ਕਰਨੀਆਂ ਫੈਕਟਰੀਆਂ ਲੱਗਣ। ਅੱਜ ਗਾਜਰਾਂ ਦੇ ਜਿਹੜੇ ਸਾਡੇ ਗੋਂਗਲੂ ਆ, ਜਿਹੜੀ ਇੱਕ ਸਾਡੇ ਲਈ ਨਿਆਮਤ ਆ, ਉਹ ਮੰਡੀਆਂ 'ਚ ਚਾਰ ਚਾਰ ਪੰਜ ਪੰਜ ਕਿਲੋ ਰੁਪਈਏ, ਚਾਰ ਚਾਰ ਪੰਜ ਰੁਪਈਏ ਕਿਲੋ ਵਿਕ ਰਹੇ ਨੇ, ਲੋਕ ਕਿਸਾਨ ਸੁੱਟ ਕੇ ਆ ਰਹੇ ਨੇ, ਮਜਬੂਰ ਹੋ ਰਹੇ ਨੇ। ਅਸੀਂ ਚਾਹੁੰਦੇ ਹਾਂ ਉਹਨਾਂ ਦੀਆਂ ਫੈਕਟਰੀਆਂ ਲੱਗਣ, ਸਬਜ਼ੀ ਪ੍ਰੋਸੈਸ ਹੋਵੇ, ਜਿਹੜੇ ਫਲ ਨੇ ਫਲਾਂ ਦੇ ਉੱਥੇ ਬਾਗ ਲੱਗਣ। ਸਾਨੂੰ ਕੀ ਲੋੜ ਆ ਝੋਨਾ ਕਣਕ ਬੀਜਣ ਦੀ, ਜੇ ਸਾਡੀਆਂ ਸਬਜ਼ੀਆਂ ਤਾਂ ਸਾਡੇ ਫਲ ਵਿਕਣਗੇ। ਸਾਡਾ ਸਾਰਾ ਜਿੰਨੇ ਅਰਬ ਦੇਸ਼ ਨੇ ਉਹ ਸਾਰੇ ਯੂਰਪ ਤੋਂ, ਉਹ ਅਮੈਰੀਕਾ ਤੋਂ ਮੰਗਵਾਉਂਦੇ ਆ, ਕਿਉਂ ਨਾ ਅਸੀਂ ਪੰਜਾਬ ਵਾਲੇ ਉਹਨਾਂ ਨੂੰ ਸਾਰੀਆਂ ਚੀਜ਼ਾਂ ਬਣਾ ਕੇ ਦਈਏ। ਅਖੀਰ ਦੇ ਵਿੱਚ ਮੈਂ ਇੱਕ ਬੇਨਤੀ ਕਰਾਂਗਾ ਕਿ ਇਸ ਐਡੇ ਇੱਥੋਂ ਦੇ ਜਿਹੜੇ ਸਾਡੀ ਸਾਂਝੀ ਕਮੇਟੀ ਆ, ਮੈਂ ਉਹਨਾਂ ਨੂੰ ਵਧਾਈ ਦਿੰਦਾ, ਉਹਨਾਂ ਬਹੁਤ ਵਧੀਆ ਪ੍ਰੋਗਰਾਮ ਚਲਾਇਆ, ਬੜੇ ਸੁਚੱਜੇ ਤਰੀਕੇ ਨਾਲ ਚਲਾ ਰਹੇ ਆ। ਮੈਂ ਮੇਰੀ ਕੋਲਿੰਦ ਕਿਸਾਨ ਸਭਾ ਜਥੇਬੰਦੀ, ਇਹ ਸੰਯੁਕਤ ਕਿਸਾਨ ਮੋਰਚੇ ਦਾ ਇੱਕ ਹਿੱਸਾ ਆ, ਔਰ 20 ਦਸੰਬਰ ਨੂੰ ਇੱਕ ਮੀਟਿੰਗ ਹੋਈ ਸੀ ਮਖੂ ਦੇ ਵਿੱਚ, ਜਿਹੜਾ ਸੰਯੁਕਤ ਮੋਰਚੇ ਨੇ ਸਰਬਸੰਮਤੀ ਨਾਲ ਫੈਸਲਾ ਕੀਤਾ ਸੀ। ਪਰ ਜੇ ਅੱਜ ਤੋਂ ਬਾਅਦ ਜੇ ਪੰਜਾਬ ਸਰਕਾਰ ਨੇ ਕੋਈ ਵੀ ਤਸ਼ੱਦਦ ਕਰਨ ਦੀ ਕੋਸ਼ਿਸ਼ ਕੀਤੀ, ਤਾਂ ਅੱਜ ਤਾਂ ਅਸੀਂ ਹਮਾਇਤੇ ਆਉਂਦੇ ਹਾਂ, ਫਿਰ ਅਸੀਂ ਖੁਦ ਆ ਕੇ ਇਹਦਾ ਇੱਕ ਹਿੱਸਾ ਬਣਾਂਗੇ। ਔਰ ਜੋ ਕੁਛ ਜਿਵੇਂ ਅਸੀਂ ਦਿੱਲੀ 'ਚ ਜਿੱਤ ਕੇ ਆਏ ਹਾਂ, ਮੇਰੀ ਬੇਨਤੀ ਆ
ਉਹ ਕੋਈ ਛੋਟੀ ਜਿੱਤ ਨਹੀਂ ਸੀ, ਉਹ ਇੱਕ ਮੋਦੀ ਵਰਗੇ ਡਿਕਟੇਟਰ ਨੂੰ ਉਹਨੂੰ ਪਿਛਾਂ ਮੋੜਨ ਦੀ, ਤਿੰਨ ਕਾਲੇ ਕਾਨੂੰਨ ਜਿਹੜੇ ਰੱਦ ਕਰਵਾਏ ਉਹਦੇ ਤੋਂ, ਉਹ ਬੜੀ ਵੱਡੀ ਪ੍ਰਾਪਤੀ, ਛੋਟੀ ਨਹੀਂ। ਪਲੀਜ਼ ਉਹਨੂੰ ਇੱਥੇ ਘਟਾ ਕੇ ਨਾ ਵੇਖਿਆ ਜਾਏ। ਇੰਨੀਆਂ ਬੇਨਤੀਆਂ ਨਾਲ ਮੈਂ ਆਪਦੀ ਕਿਸਾਨ ਜਥੇਬੰਦੀ ਕੋਲਿਆਂ ਦੀ ਕਿਸਾਨ ਸਭਾ ਸੰਯੁਕਤ ਮੋਰਚੇ ਵੱਲੋਂ ਇਸ ਮੋਰਚੇ ਦੀ ਔਰ ਤੁਹਾਡੀ ਹਰ ਤਰੀਕੇ ਨਾਲ ਅਸੀਂ ਮਹਿਦਾ ਐਲਾਨ ਕਰਦੇ ਹਾਂ। ਇੰਨੀਆਂ ਬੇਨਤੀਆਂ, ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ।